ਸ੍ਰੀ ਜਪਜੀ ਸਾਹਿਬ ਦੀ 35ਵੀਂ ਪੌੜੀ ਦਾ ਮਹਾਤਮ ਦੱਸਿਆ ਬਾਜਾਂ ਵਾਲੇ ਮਾਹੀ ਨੇ ਸਿੱਖਾਂ ਨੂੰ ਕੀ ਇਹ ਭਾਈ ਚਾਰੇ ਦੇ ਵਿੱਚ ਮਾਣ ਵਧਾਉਣ ਲਈ ਹੈ ਹਰ ਮਹਿਫਲ ਦੇ ਵਿੱਚ ਤੁਹਾਡਾ ਸਤਕਾਰ ਕਰਾਉਣ ਦੇ ਲਈ ਹੈ 35 ਪੰਗਤ ਹਰ ਕਿਸੇ ਇਨਸਾਨ ਦੀ ਆਰਜ਼ੂ ਤੇ ਆਖਰੀ ਇੱਛਾ ਇਹ ਹੀ ਹੁੰਦੀ ਹੈ ਕਿ ਜਿਸ ਮਹਿਫਲ ਦੇ ਵਿੱਚ ਵੀ ਜਾਵੇ ਚਾਹੇ ਆਪਣੇ ਸਾਖ ਸਬੰਧੀਆਂ ਦੇ ਵਿੱਚ ਭੈਣ ਭਰਾਵਾਂ ਦੇ ਵਿੱਚ ਤੇ ਚਾਹੇ ਆਪਣੇ ਯਾਰਾਂ ਦੋਸਤਾਂ ਦੇ ਵਿੱਚ ਤੇ ਚਾਹੇ ਆਪਣੇ ਕਾਰੋਬਾਰ ਦੇ ਵਿੱਚ ਜਾਵੇ ਤੇ ਜਿੱਥੇ ਵੀ ਜਾਵੇ ਆਪਣਾ ਭਾਈਚਾਰਾ ਉਸ ਦਾ ਉਸ ਨੂੰ ਇੱਜ਼ਤ ਕਰੇ ਉਸ ਨੂੰ ਸਿਰ ਮੱਥੇ ਕਰਕੇ ਉਹਦੀ ਗੱਲ ਮੰਨੇ ਤੇ ਉਸ ਨੂੰ ਹਰ ਗੱਲ ਤੇ ਉੱਤੇ ਅੱਗੇ ਕਰੇ ਕਿ ਵੀ ਤੂੰ ਸਾਡੇ ਭਾਈਚਾਰੇ ਦੀ ਅਗਵਾਈ ਕਰ ਪਾਸ਼ਾ ਕਹਿੰਦੇ ਹਰ ਮਹਿਫਲ ਦੇ ਵਿੱਚ ਇਹ ਪੈਂਤੀ ਵੀ ਪੌੜੀ ਇੱਜ਼ਤ ਕਰਾਏਗੀ ਭਾਈਚਾਰੇ ਦੇ ਵਿੱਚ ਮਾਣ ਵਧਾਏਗੀ ਧਰਮਖੰਡ ਕਾ ਇਹੋ ਧਰਮ ਤੋਂ ਲੈ ਕੇ ਕੀਤਿਆ ਸੁਰਤੀ ਸੇਵਕ ਕੀਤੇ ਨਾਨਕ ਅੰਤਨਾੰਤ ਤੱਕ ਪੜੇ ਇਹ ਪੌੜੀ ਤੁਹਾਨੂੰ ਭਾਈਚਾਰੇ ਦੇ ਵਿੱਚ ਤੇ ਸਾਰੀ ਦੁਨੀਆ ਦੇ ਵਿੱਚ ਮਾਣ ਵਧਾਏਗੀ ਜਿੱਥੇ ਵੀ ਜਾਓਗੇ ਹਰ ਕਿਸੇ ਮਹਿਫਲ ਦੇ ਵਿੱਚ ਤੁਹਾਡੀ ਜੀ ਹਜ਼ੂਰੀ ਹੋਏਗੀ ਹਰ ਕੋਈ ਤੁਹਾਡੀ ਉਡੀਕ ਦੇ ਵਿੱਚ ਆਪਣੀਆਂ ਪਲਕਾਂ ਵਿਸ਼ਾ ਕੇ ਬੈਠੇਗਾ ਐਸੀ ਹੈ 35ਵੀਂ ਪੌੜੀ ਤੇ ਇਤਨਾ ਵੱਡਾ ਮਹਾਤਮ ਦੱਸਿਆ 35ਵੀਂ ਪੌੜੀ ਦਾ ਕਲਗੀਧਰ ਪਾਤਸ਼ਾਹ ਨੇ ਇਹਨੂੰ ਸੱਤ ਕਰਕੇ ਮੰਨੀ ਹੈ ਤੇ ਆਪਣੇ ਭਾਈਚਾਰੇ ਦੇ ਵਿੱਚ ਆਪਣੀ ਇੱਜ਼ਤ ਤੇ ਮਾਣ ਮਰਿਆਦਾ ਵਧਾਈਏ ਇਤਨੀਆ ਵਿਚਾਰਾਂ ਪ੍ਰਵਾਨ ਕਰਨੀਆਂ ਭੁੱਲਾਂ ਚੁੱਕਾਂ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ